वेलकम टू खन्ना न्यूज लाइव। इलाके विच चोरी अते लुट खो दियां लगातार वापर रहियां घटनावां नूं लैके लोकां अंदर सहम दा माहौल है। दिन दिहाड़े समराला दे नेड़ले पिंड सिहाला दी नूं सस नूं मोटरसाइकिल सवार लुटेरियां वल्लों धक्का मार के हेठां सुट के जख्मी करन तों बाद उन्हां दा पर्स खो के फरार हो गए। इस घटना विच बुजुर्ग औरत नूं काफी सट्टां वज्जियां अते उस दे सिर उत्ते कई टांके लगे जदके उस दी नूं वी जख्मी होई है। घटना बारे जानकारी दिंदियां मनवीर कौर ने दस्या के ओह अपनी सस नाल समराला विखे बाजार विचों खरीदो फरोखत करन आई सी अते दोपहर करीब 2 बजे जिवें ही ओह अपनी स्कूटरी ते पिंड वापस जान लई बाजार विचों HDFC बैंक दे नाल वाली सड़क ते पहुंचे तां थोड़ा अगे जाके मोटरसाइकिल सवार दो अणपछाते व्यक्तियां जिन्हां अपने चेहरे कपड़े नाल ढके होए सन उन्हां वल्लों स्कूटी नूं लत मार के हेठां सुट दित्ता गया जिस नाल उस दी सस दे सिर ते सट्टां वज्जियां अते ओह खुद भी जख्मी हो गई। इसे दौरान लुटेरियां ने स्कूटी दे अगे पिया उस दा पर्स चुक लिया जिस विच 8000 रुपए सोने दियां 2 अंगूठियां 3 क्रेडिट कार्ड पासपोर्ट अते होर जरूरी कागजात सन ओह लै के फरार हो गए। मनवीर कौर ने दस्या के ओह लुटेरियां दे पिछे भज्जी अते रोला भी पाया पर आले दुआले कोई ना होण कारण लुटेरे भज्जण विच फरार हो गए। सस नूं इलाज लई नेड़े दे निजी हस्पताल लिआंदा गया जिथे मनवीर कौर दी सस दे सिर ते ज्यादा सट्टां लगण कारण उसदे टांके भी लगाए गए। इस घटना दी CCTV फुटेज भी सामने आई है जिस विच साफ दिखाई दे रहा है कि किस तरह मोटरसाइकिल सवार लुटेरियां ने इस वारदात नूं अंजाम दित्ता अते फरार हो गए। इस फुटेज दे आधार ते लुटेरियां दी पहचान कीती जा रही है। ਮੇਰਾ ਨਾਮ ਦਲਜੀਤ ਕੌਰ ਹੈ ਜੀ। ਅਸੀਂ ਸਿਹਾੜੇ ਦੇ ਰਹਿਣੇ ਵਾਲੇ ਹਾਂ ਜੀ। ਕੀ ਹੋਇਆ ਸੀ, ਕਿੰਨੇ ਕੁ ਵਜੇ ਦੀ ਘਟਨਾ ਜੀ? ਟਾਈਮ ਤਾਂ ਬੇਟੇ ਮੈਨੂੰ ਤਾਂ ਪਤਾ ਨਹੀਂ, ਗੁੱਡੀ ਨੂੰ ਪਤਾ ਟਾਈਮ ਕਿੰਨਾ ਦੀ ਮੈਂ ਬੇਟੇ ਟਾਈਮ ਮੰਮੀ 2:30 ਦੇ ਵਿੱਚ 2:30 ਦੇ ਵਿੱਚ ਵਿੱਚ ਤੀ ਜੀ। ਕੀ ਹੋਇਆ ਸੀ? ਬਸ ਜੀ ਅਸੀਂ ਬਾਜ਼ਾਰ 'ਚ ਆਉਂਦੇ ਸੀਗੇ, ਅਸੀਂ ਬਾਜ਼ਾਰ 'ਚ ਅਸੀਂ ਪੀਜ਼ਾ ਲਿਆ ਉੱਥੇ ਬਾਹਰ ਬੰਦੇ ਖੜ੍ਹੇ ਸੀ, ਇਹ ਬਹੂ ਨੇ ਦੇਖੇ ਨੇ। ਉਹ ਕਹਿੰਦੀ ਵੀ ਮੁੰਡੇ ਮੂੰਹ ਰਵੇਟੀ ਉੱਥੇ ਖੜ੍ਹੇ ਸੀਗੇ, ਇਹ ਉੱਥੇ ਤੋਂ ਮਗਰ ਸਾਡੇ ਨਾਲ ਪੀਜ਼ਾ ਜਿੱਥੋਂ ਲਿਆ ਉੱਥੋਂ ਮਗਰ ਲੱਗ ਗਏ। ਸਾਨੂੰ ਕੋਈ ਪਤਾ ਨਹੀਂ ਸੀ, ਅਸੀਂ ਆਪਣਾ ਆਈ ਗਏ ਸੀ। ਜਦ ਨੈਸ਼ਨਲ ਸਕੂਲ ਵਾਲੀ ਗਲੀ ਸਿੱਧੇ ਇੱਧਰ ਨੂੰ ਬਾਜ਼ਾਰ ਕਹਿੰਦੇ ਰੂਟਾਂ ਕੋਲੋਂ ਮੁੜਦੇ ਆ, ਉੱਥੇ ਅੱਧੇ 'ਚ ਆਏ ਗਲੀ ਦੇ, ਉੱਥੋਂ ਆ ਕੇ ਸਾਡੇ ਲੱਤ ਮਾਰ ਕੇ ਸਾਨੂੰ ਸਕੂਟਰੀ ਤੋਂ ਸਿੱਟ ਤਾ, ਦੋਹਾਂ ਨੂੰ ਸਿੱਟ ਤਾ। ਵੀ ਮੈਨੂੰ ਤਾਂ ਪਤਾ ਨਹੀਂ ਲੱਗਿਆ, ਮੇਰਾ ਸਿਰ ਵੱਜਿਆ ਜੀ, ਮੇਰੇ ਸਿਰ 'ਚ ਸੱਟ ਵੱਜੀ। ਮੂਹਰੇ ਹਾਂਜੀ ਟਾਂਕੇ ਲੱਗੇ ਨੇ ਜੀ, ਅਤੇ ਬਹੂ ਦੇ ਦੂਜੇ ਲੁੱਟ ਸੱਟਾਂ ਬਹੁਤ ਵੱਜੀਆਂ ਨੇ ਜੀ। ਅਤੇ ਮੈਂ ਉੱਥੋਂ ਮਿੰਟ ਤੋਂ ਉੱਠਣੀ ਹਾਂ, ਮੈਨੂੰ ਪਤਾ ਨਾ ਲੱਗਿਆ ਇਹ ਬਹੂ ਮਗਰ ਨੱਠ ਲਈ ਉਹਨਾਂ ਦੇ ਪਰਸ ਲੈ ਕੇ, ਉਹ ਮੂਹਰੇ ਪਰਸ ਟੰਗਿਆ ਹੈ ਜੀ, ਉਹਨਾਂ ਨੇ ਪਰਸ ਚੱਕਿਆ, ਪਰਸ ਲੈ ਕੇ ਨੱਠ ਗਏ। ਪਰਸ 7000 ਰੁਪਈਆ ਸੀਗਾ ਜੀ, ਵਿੱਚ 2 ਮੁੰਦੀਆਂ ਸੀਗੀਆਂ, ਵਿੱਚ ਆਪਣੇ ਆਹ ਬੈਂਕਾਂ ਦੇ ਕਾਰਡ ਸੀਗੇ ਅਤੇ ਬੈਂਕ ਕਾਪੀਆਂ ਸੀਗੀਆਂ, ਪਾਸਪੋਰਟ ਸੀਗਾ ਜੀ ਬਹੂ ਦਾ, ਸਾਰਾ ਸਮਾਨ ਬਹੁਤ ਸਮਾਨ ਸੀਗਾ ਜੀ ਪਰਸ ਦੇ ਵਿੱਚ। ਸਿਖਰ ਦੁਪਹਿਰੇ ਇੱਦਾਂ ਦੀ ਘਟਨਾ ਨੂੰ ਅੰਜਾਮ ਦਿੱਤਾ, ਕੀ ਲੱਗਦਾ ਤੁਹਾਨੂੰ ਵੀ ਪੁਲਿਸ ਪ੍ਰਸ਼ਾਸਨ ਦਾ ਜੀ ਕੀ ਇਹਦੇ 'ਤੇ? ਪੁਲਿਸ ਪ੍ਰਸ਼ਾਸਨ ਨੂੰ ਜੀ ਹੁਣ ਰਿਪੋਰਟ ਕਰਨ ਗਏ ਹੋਏ ਨੇ ਜੀ, ਹੁਣ ਦੇਖਦੇ ਹਾਂ ਵੀ ਕੀ ਕਰਦੇ ਨੇ ਉਹ। ਮੋਟਰਸਾਈਕਲ ਦਾ ਕੁਛ ਪਤਾ ਲੱਗਿਆ ਵੀ ਕਿੱਦਾਂ ਦਾ ਮੋਟਰਸਾਈਕਲ ਸੀ? ਨਹੀਂ ਜੀ, ਉਹਨਾਂ ਨੇ ਚੇਪੀ ਲਾਈ ਹੋਈ ਸੀ ਜੀ ਮੋਟਰਸਾਈਕਲ ਦੇ ਮੂਹਰੇ ਨੰਬਰ ਦੇ। ਹਾਂਜੀ, ਮੇਰਾ ਨਾਮ ਮਨਵੀਰ ਕੌਰ ਆ, ਮੈਂ ਸਿਹਾਲਾ ਪਿੰਡ ਤੋਂ ਰਹਿਣ ਵਾਲੀ ਹਾਂ। ਕੀ ਘਟਨਾ ਹੋਈ ਸੀ, ਕਿੰਨੇ ਵਜੇ ਦੀ ਘਟਨਾ? ਇਹ ਤਕਰੀਬਨ 2:30 ਦੇ ਵਿੱਚ ਦੀ ਘਟਨਾ ਗੀ। ਅਸੀਂ ਬਾਜ਼ਾਰ 'ਚੋਂ ਬਾਹਰ ਨਿਕਲ ਰਹੇ ਸੀ, ਮੈਨੂੰ ਨਹੀਂ ਪਤਾ ਕਿਹੜੀ ਗਲੀ ਵੱਜਦੀ ਸੀ, ਉਹ ਗਲੀ 'ਚ ਬੜੀਆਂ ਐਂਟਰ ਹੋਏ ਹਾਂ, ਜਦ 2 ਬੰਦੇ ਅਣਪਛਾਣ ਅਤੇ ਮੂੰਹ ਢਕੇ ਹੋਏ ਸੀ ਬਿਲਕੁਲ, ਉਹਨਾਂ ਦੇ ਰੁਮਾਲ ਨਾਲ ਬਿਲਕੁਲ ਪਛਾਣ ਨਹੀਂ ਸੀ ਆ ਰਹੇ, ਧੱਕਾ ਮਾਰ ਕੇ ਸਕੂਟਰੀ ਸਿੱਟ ਕੇ ਪਰਸ ਖੋ ਕੇ ਲੈ ਗਏ ਮੈਥੋਂ। ਪਰਸ ਦੇ ਵਿੱਚ ਕੀ ਸੀ? ਪਰਸ ਦੇ ਵਿੱਚ ਮੇਰੇ ਸਾਰੇ ਡਾਕੂਮੈਂਟ ਸੀ, ਮੇਰੇ 2 ਬੈਂਕ ਦੀਆਂ ਕਾਪੀਆਂ ਸੀ, 3 ਕ੍ਰੈਡਿਟ ਕਾਰਡ ਸੀਗੇ, ਮੇਰੇ ਸਾਈਨ ਵੀ ਕੀਤੇ ਹੋਏ ਸਰ ਚੈੱਕ ਬੁੱਕਾਂ 'ਤੇ, ਜਿਹੜੇ ਕਿ ਮੈਂ ਅੱਜ ਵਰਤਦੀ ਹਾਂ ਕੱਲ੍ਹ ਵਰਤਦੀ ਹਾਂ, ਮੈਂ ਘਰੋਂ ਲੈ ਕੇ ਆਈ ਸੀਗੀ। ਅਤੇ ਹੋਰ 8000 ਦੇ ਕਰੀਬ ਰੁਪਈਆ ਸੀ ਉਹਦੇ ਵਿੱਚ, ਅਤੇ 2 ਮੇਰੀਆਂ ਮੁੰਦੀਆਂ ਸੀਗੀਆਂ। ਹਾਂ, ਉਹ ਮੇਰੀ ਮੈਂ ਪਰਸ 'ਚ ਹੀ ਰੱਖਦੀ ਸੀ ਤਕਰੀਬਨ ਕਾਫੀ ਟਾਈਮ ਤੋਂ, ਕਿ ਮੈਂ ਬਾਜ਼ਾਰ ਜਦੋਂ ਆਉਂਦੀ ਸੀ ਮੈਂ ਸੈੱਟ ਕਰਵਾ ਕੇ ਲੈ ਕੇ ਜਾਊਂ, ਠੀਕ ਨਹੀਂ ਸੀਗੀ ਇਸ ਕਰਕੇ। ਡਾਕੂਮੈਂਟ ਮੇਰੇ ਕੋਲ ਪੈਨ ਕਾਰਡ, ਆਧਾਰ ਕਾਰਡ, ਮੇਰਾ ਪਾਸਪੋਰਟ, ਇਹ ਡਾਕੂਮੈਂਟ ਸੀਗੇ, ਹੋਰ ਵੀ ਹੋਣਗੇ, ਮੈਂ ਮਤਲਬ ਇੰਨੀ ਤਰੀਕੇ ਬਿਲਕੁਲ ਮੂੰਹ ਢਕੇ ਹੋਏ ਸੀ, ਔਰ ਜਿਹੜਾ ਮੋਟਰਸਾਈਕਲ ਆ ਉਹਦੇ ਨੰਬਰ ਵੀ ਉੱਪਰੋਂ ਲੁਕੋਏ ਹੋਏ ਸੀ ਉਹਨਾਂ ਨੇ, ਮਤਲਬ ਚੇਪੀ ਲੱਗੀ ਹੋਈ ਸੀ। ਕਿੰਨੇ ਵਜੇ ਦੀ ਘਟਨਾ ਇਹ? 2 ਤੇ 2:30 ਦੇ ਵਿੱਚ ਵਿੱਚ ਦਾ ਹੋਊ ਇਹ ਘਟਨਾ। ਕੀ ਲੱਗਦਾ ਦਿਨ ਦਿਹਾੜੇ ਸਿਖਰ ਦੁਪਹਿਰੇ ਇੱਦਾਂ ਦੀ ਘਟਨਾ ਹੋ ਰਹੀ ਆ,
ਪੁਲਿਸ ਦਾ ਲੋਕਾਂ ਵਿੱਚ ਡਰ ਹੈ ਨਹੀਂ ਗਾ, ਕਿਸੇ ਨੂੰ ਵੀ ਡਰ ਨਹੀਂ ਹੈਗਾ। ਜੇ ਇੰਨਾ ਡਰ ਹੁੰਦਾ ਤਾਂ ਪੁਲਿਸ ਜਾਂਦੀ ਲੋਕੇਸ਼ਨ ਦੇਖ ਕੇ ਉੱਥੇ ਪਿੱਛਾ ਕਰਦੀ। ਪੁਲਿਸ ਨੂੰ ਇਤਲਾਹ ਕੀਤੀ ਤਲਾਹ ਕਿੰਨੀ ਦੇਰ ਹੋ ਗਈ? ਮੈਨੂੰ ਪਤਾ ਨਹੀਂ ਕਿੰਨੀ ਦੇਰ ਹੋਈ। ਡੈਡੀ ਗਏ ਨੇ ਤਲਾਹ ਕਰਨ, ਹੋ ਗਿਆ ਉਹਦਾ? ਕੋਈ ਪਹੁੰਚੇ ਨਹੀਂ? ਕੋਈ ਨਹੀਂ ਪਹੁੰਚਿਆ। ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ।